ਹਰਿਆਣਾ ਸਰਕਾਰ ਨੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਨੌਕਰੀ ਦੇਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਿਹਤ ਅਤੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਨੋਟੀਫਿਕੇਸ਼ਨ ਦੇ ਨਾਲ ਨੌਕਰੀ ਦਾ ਕ੍ਰਾਈਟੇਰੀਆ ਚਾਰਟ ਵੀ ਜਾਰੀ ਕੀਤਾ ਗਿਆ ਹੈ, ਜਿਸ ਨੂੰ ਅਧਿਕਾਰਕ ਵੈਬਸਾਈਟ ਉੱਤੇ ਪਾ ਦਿੱਤਾ ਗਿਆ ਹੈ। ਛੇਤੀ ਹੀ ਅਖ਼ਬਾਰਾਂ ਵਿੱਚ ਵੀ ਇਸ ਦਾ ਇਸ਼ਤਿਹਾਰ ਦਿੱਤਾ ਜਾਏਗਾ। ਨਹੀਂ, ਉਸ ਕੀ ਪ੍ਰਕਿਰਿਆ ਸ਼ੁਰੂ ਕਰਤੀ ਹੈ, ਉਸ ਕੋ ਵੈਬਸਾਈਟ ਪਰ ਵੀ, ਜੋ ਸਪੋਰਟਸ ਡਿਪਾਰਟਮੈਂਟ ਕੀ ਵੈਬਸਾਈਟ ਹੈ ਉਸ ਪਰ ਵੀ ਵਹਾਂ ਅਪਲੋਡ ਕਰ ਦਿਆ ਗਿਆ, ਔਰ ਨਿਊਜ਼ ਪੇਪਰਸ ਮੇਂ ਵੀ ਉਸ ਕੀ ਐਡ ਆ ਜਾਏਗੀ। ਔਰ ਉਸਮੇ ਹਮਨੇ ਚਾਰਟ ਬਣਾ ਦਿਆ, ਜਿਸਮੇ ਹਰ ਆਦਮੀ ਆਪਣੇ ਆਪ ਦੇਖ ਸਕਤਾ ਹੈ ਕਿ ਉਹ ਕੌਨ ਸੀ ਨੌਕਰੀ ਲੇਗਾ। ਪਹਿਲੇ ਉਹ ਪੋਲੀਟੀਸ਼ਨੋ ਕੇ ਕਿਰਪਾ ਪਾਤਰ ਹੋਤੇ ਥੇ, ਉਨਕੀ ਮਰਜ਼ੀ ਹੋਤੀ ਥੀ ਕਿ ਉਹ ਕਿਸੀ ਕੋ ਕਿਆ ਲਗਾਏ ਜਾਂ ਕਿਸੀ ਕੋ ਕਿਆ ਨਾ ਲਗਾਏ। ਯੇ ਪਹਿਲੀ ਵਾਰ ਹੋ ਰਹਾ, ਔਰ ਸਾਰੇ ਦੇਸ਼ ਮੇਂ ਕੇਵਲ ਹਰਿਆਣਾ ਮੇਂ ਹੋ ਰਹਾ ਕਿ ਹਮਨੇ ਇੱਕ ਚਾਰਟ ਬਣਾ ਦਿਆ ਕਿ ਅਗਰ ਆਪ ਓਲੰਪਿਕ ਮੇਂ ਗੋਲਡ ਲਾਏ ਹੋ ਤੋ ਆਪਕੋ ਕਿਆ ਮਿਲੇਗਾ, ਅਗਰ ਆਪ ਕਾਮਨਵੈਲਥ ਮੇਂ ਲਾਏ ਹੋ ਕਿਆ ਮਿਲੇਗਾ, ਏਸ਼ੀਆਡ ਮੇਂ ਲਾਏ ਹੋ ਕਿਆ ਮਿਲੇਗਾ, ਤੋ ਸਭ ਕਾ ਹਮਨੇ ਚਾਰਟ ਬਣਾ ਦਿਆ।